ਇਹਨਾਂ ਨੇ ਤਾਂ ਇੱਕ ਕਿਸਮ ਨਾਲ ਧੱਕਾਸ਼ਾਹੀ ਸ਼ੁਰੂ ਕਰ ਲਈ ਆ ਵੀ ਇਹ ਟੋਲ ਚਲਾਵਾਂਗੇ, ਪੈਸੇ ਸਾਡੇ ਰੁਕ ਗਏ, ਪੈਸੇ ਸਾਡੀ ਜੇਬਾਂ 'ਚ ਪੈਣੋਂ ਹਟ ਗਏ। ਲੋਕਾਂ ਨੂੰ ਦੇਖੋ, ਤੁਸੀਂ ਟੈਕਸ ਲੈ ਰਹੇ ਹੋ ਤਾਂ ਲੋਕਾਂ ਨੂੰ ਉੱਦਾਂ ਦੀ ਸੁਵਿਧਾ ਵੀ ਦਿਓ। ਇਹ ਨਹੀਂ ਹੈਗਾ ਵੀ ਉਹ ਪੈਸੇ ਤੁਸੀਂ ਲੋਕਾਂ ਦੀ ਜੇਬਾਂ 'ਚੋਂ ਕੱਢ ਕੇ ਆਪਦੀ ਜੇਬਾਂ 'ਚ ਪਾਈ ਚੱਲੋ। ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਸੀ ਕੱਲ੍ਹ ਵੀ ਇਹ ਟੋਲ ਪਲਾਜ਼ਾ ਚਲਾਉਣ ਲੱਗੇ ਆ, ਔਰ ਜੇ ਸਾਡੇ ਨਾਲ ਇਹ ਧੱਕਾ ਕਰਦੇ ਆ, ਅਸੀਂ ਤਾਂ ਜੀ ਰੋਡ 'ਤੇ ਬੈਠੇ ਹਾਂ ਔਰ ਸਾਡੇ ਨਾਲ ਸਾਰੀ ਆਵਾਮ ਪਬਲਿਕ ਵੀ ਸਾਡੇ ਨਾਲ ਆ। ਇਹ ਆਪ ਹੀ ਇਹਨਾਂ ਨੂੰ ਅਧਿਕਾਰ ਦਿੱਤਾ ਹੋਇਆ, ਉੱਥੇ ਕੰਡਾ ਲਾਇਆ ਹੋਇਆ, ਆਪ ਹੀ ਓਵਰਲੋਡ ਦੇ ਚਲਾਨ ਕਰੀ ਜਾਂਦੇ ਆ, ਜਿਹਨੇ ਵੱਧ ਭਰਿਆ ਉਹਨੂੰ ਵੱਧ ਜੁਰਮਾਨਾ ਲਾਈ ਜਾਂਦੇ ਆ। ਵੀ ਕੋਈ ਇਹਨਾਂ ਨੂੰ ਪੁੱਛੇ ਵੀ ਇਹਨਾਂ ਨੂੰ ਇਹ ਹੱਕ ਕਿਹਨੇ ਦਿੱਤਾ? ਇਹ ਹੱਕ ਹੈਗਾ ਪੰਜਾਬ ਟ੍ਰੈਫਿਕ ਪੁਲਿਸ ਦਾ, ਇਹ ਉਹ ਚਲਾਨ ਕਰਨ ਨਾ ਕਰਨ ਇਹਨਾਂ ਨੂੰ ਕੋਈ ਹੱਕ ਨਹੀਂ ਹੈ। ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ, ਇਹ ਟੋਲ ਚਲਾ ਵੀ ਦੇਣਗੇ ਪਰ ਸਾਨੂੰ ਲੈ ਜਾਣ, ਅਰੈਸਟ ਕਰ ਲੈਣ, ਪਰ ਅਸੀਂ ਇੱਥੇ ਸਾਡੇ ਕੋਲ ਸੜਕਾਂ ਹੀ ਨੇ। ਇੱਥੇ ਕਿਤੇ ਨਾ ਕਿਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਇਹਦੇ 'ਚ ਆਪਣੇ NHI ਦੇ ਅਧਿਕਾਰੀਆਂ ਦਾ ਅਤੇ ਲੀਡਰਾਂ ਦੀ ਮਿਲੀ ਭੁਗਤ ਵਾ। ਇਹ ਚੀਜ਼ ਦੀ ਜਦੋਂ ਅਸੀਂ ਪੂਰੀ ਛਾਣਬੀਣ ਕੀਤੀ ਤਾਂ ਸਾਨੂੰ ਪਤਾ ਚੱਲਿਆ ਵੀ ਇਹ 'ਚ ਕਰੋੜਾਂ ਰੁਪਏ ਦਾ ਗਬਨ ਹੋਇਆ ਵਾ, ਜਿਹਦੀ ਜਾਂਚ ਇੱਕ CBI ਤੋਂ ਹੋਣੀ ਚਾਹੀਦੀ ਆ, ਜਿਹੜੀ ਅਸੀਂ ਸੁਪਰੀ ਹਾਈਕੋਰਟ ਤੋਂ ਵੀ ਮੰਗ ਕਰ ਰਹੇ ਸੀ ਵੀ ਜਿਹੜਾ ਇਹ ਟੋਲ ਆ ਨਜਾਇਜ਼ ਬੋਝ ਆ ਸਾਡੇ 'ਤੇ, ਇੱਥੇ ਜਿਹੜਾ ਜਾਂਦਾ ਉਹਦੀ ਜੇਬ ਵੱਢੀ ਜਾਂਦੀ ਆ। ਭਾਰਤ ਦਾ ਸਭ ਤੋਂ ਮਹਿੰਗਾ ਟੋਲ ਆ ਇਹ, ਸ਼ੁਕਰ ਆ ਮੋਦੀ ਦੀ ਸਰਕਾਰ ਆ ਜਿਹੜੀ ਉਹ ਪੂਰੀ ਬਹੁਮੱਚ ਨਹੀਂ ਆਈ, ਨਹੀਂ ਤਾਂ ਹੁਣ ਤਾਂ ਕਰਦਾ ਕੁੱਟ ਕੇ ਠਾ ਦਿੰਦੇ। ਇਹ ਇੰਨੀ ਗੁੰਡਾਗਰਦੀ ਆ ਮੋਦੀ ਦੀ ਸਰਕਾਰ 'ਚ ਹੋਈ ਆ ਅਤੇ ਗਾਂਹ ਹੋ ਰਹੀ ਆ। ਜਿਹੜੀ ਗੱਲ ਕਰੀਏ ਤਾਂ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਇਆ ਤਾਂ ਅੱਜ ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਟੋਲ ਪਲਾਜ਼ਾ 'ਤੇ ਬੈਠੇ ਗੱਲਬਾਤ ਕਰਦੇ। ਸਰ, ਕੋਰਟ 'ਚ ਗਏ ਸੀ, ਪਟੀਸ਼ਨ ਵੀ ਤੁਹਾਡੀ, ਕੀ ਉੱਥੇ ਹੋਇਆ, ਅੱਜ ਕਿਉਂ ਤੁਹਾਨੂੰ ਦੁਬਾਰਾ ਬਹਿਣਾ ਪਿਆ? ਦੇਖੋ ਜੀ, ਆਪਾਂ ਜਾਣਦੇ ਹਾਂ ਜਿਹੜਾ 16 ਜੂਨ ਤੋਂ ਲੈ ਕੇ ਨਿਰੰਤਰ ਸਾਡਾ ਧਰਨਾ ਚੱਲ ਰਿਹਾ, ਔਰ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਗਏ ਆ, ਮੀਟਿੰਗਾਂ ਵੀ ਹੋਈਆਂ ਨੇ, ਪਰ ਪ੍ਰਸ਼ਾਸਨ ਵੱਲੋਂ ਸਾਡਾ ਸਾਥ ਦਿੱਤਾ ਗਿਆ, ਪ੍ਰਸ਼ਾਸਨ ਨੇ ਸਾਡੀ ਗੱਲ ਸੁਣੀ ਆ, ਪ੍ਰਸ਼ਾਸਨ ਨੇ NHA ਨੂੰ ਲੈਟਰ ਵੀ ਲਿਖੇ ਆ, ਪਰ ਜਿਹੜਾ NHA ਆ ਉਹ 'ਤੇ ਕੋਈ ਅਸਰ ਨਹੀਂ ਗਾ, ਉਹ ਕੋਈ ਗੱਲ ਸੀਰੀਅਸਲੀ ਨਹੀਂ ਲੈ ਰਿਹਾ, ਕਿਉਂਕਿ ਉਹ ਹੰਕਾਰੇ ਹੋਏ ਨੇ। ਉਹਨਾਂ ਨੂੰ ਪਤਾ ਜਿਹੜੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੇ ਅਧੀਨ ਇਹ ਟੋਲ ਪਲਾਜ਼ੇ ਚੱਲ ਰਹੇ ਨੇ, ਉਹਨਾਂ ਨੂੰ ਪਤਾ ਵੀ ਜਿਹੜੇ ਹਾਈਕੋਰਟ ਦੇ ਜੱਜ ਨੇ, ਸੁਪਰੀਮ ਕੋਰਟ ਦੇ ਜੱਜ ਆ, ਉਹ ਵੀ ਸਾਡੇ ਹੱਕ 'ਚ ਹੀ ਸੁਣਵਾਈ ਦੇਣਗੇ ਵੀ ਸਾਨੂੰ ਇਹਨਾਂ ਨਾਲ ਗੱਲ ਕਰਨ ਦੀ ਲੋੜ ਕੀ ਆ। ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਸੀ ਕੱਲ੍ਹ ਵੀ ਇਹ ਟੋਲ ਪਲਾਜ਼ਾ ਚਲਾਉਣ ਲੱਗੇ ਆ, ਔਰ ਜੇ ਸਾਡੇ ਨਾਲ ਇਹ ਧੱਕਾ ਕਰਦੇ ਆ, ਅਸੀਂ ਤਾਂ ਜੀ ਰੋਡ 'ਤੇ ਬੈਠੇ ਹਾਂ ਔਰ ਸਾਡੇ ਨਾਲ ਸਾਰੀ ਆਵਾਮ ਪਬਲਿਕ ਵੀ ਸਾਡੇ ਨਾਲ ਆ, ਔਰ ਜਿਹੜਾ ਪ੍ਰਸ਼ਾਸਨ ਆ ਉਹ ਇਸ ਗੱਲ ਨੂੰ ਸਮਝ ਰਿਹਾ, ਉਹ ਜਾਣਦਾ ਵੀ ਜਿਹੜਾ ਧੱਕਾ ਵਾ ਇਹ ਹੋ ਰਿਹਾ ਵਾ ਆਮ ਪਬਲਿਕ ਨਾਲ। ਸੋ ਅਸੀਂ ਜਥੇਬੰਦੀਆਂ ਆਮ ਪਬਲਿਕ ਦੀ ਆਵਾਜ਼ ਚੱਕ ਰਹੇ ਹਾਂ। ਸੋ ਜੇ ਇਹ ਸਾਡਾ ਹੱਲ ਨਹੀਂ ਕਰਨਗੇ, ਜੋ ਸਾਡੇ ਦਿੱਤੀਆਂ ਹੋਈਆਂ ਸ਼ਰਤਾਂ ਨੇ ਰੇਟ ਘਟਾਉਣ ਦੀਆਂ, ਅਸੀਂ ਤਾਂ ਬਸ ਇਹ ਗੱਲ ਚਾਹੁੰਦੇ ਹਾਂ ਹਾਲੇ ਕਿ ਇਹ ਚੀਜ਼ 'ਚ ਬਹੁਤ ਵੱਡਾ ਗਬਨ ਆ, ਜਿਵੇਂ ਅਸੀਂ ਕਿਹਾ ਬਹੁਤ ਬੜਾ, ਜਿਹਦੀ ਜਾਂਚ ਕੀਤੀ ਜਾਵੇ ਉਹ ਗੱਲ ਡਿਫਰੈਂਟ ਆ। ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਿਰਫ ਇਹ ਨੇ ਵੀ ਇੱਕ ਤਾਂ 150 ਰੁਪਈਆ 24 ਘੰਟਿਆਂ ਦੀ ਪਰਚੀ ਕਰ ਦਿੱਤੀ ਜਾਵੇ, 170 ਰੁਪਈਏ ਦਾ ਪਾਸ ਮਹੀਨਾ ਬਾਰ ਕਰ ਦਿੱਤਾ ਜਾਵੇ, ਔਰ 20 ਕਿਲੋਮੀਟਰ ਦੇ ਅਧੀਨ ਜਿਹੜੇ ਪਿੰਡ ਪੈਂਦੇ ਨੇ ਉਹ ਫ੍ਰੀ ਕਰ ਦਿੱਤੇ ਜਾਣ, ਔਰ ਜਿਹੜਾ ਰੇਟ ਆ ਇਹ ਰੇਟ ਨੂੰ ਘਟਾਇਆ ਜਾਵੇ। ਜਿਵੇਂ ਕਿ ਆਪਾਂ ਦੇਖਦੇ ਹਾਂ ਜਿਹੜੇ ਟਰੱਕਾਂ ਵਾਲੇ ਨੇ, ਓਵਰਲੋਡਿੰਗ ਆ, ਹੋਰ ਆ, ਇਹ ਆਪ ਹੀ ਇਹਨਾਂ ਨੂੰ ਅਧਿਕਾਰ ਦਿੱਤਾ ਹੋਇਆ, ਉੱਥੇ ਕੰਡਾ ਲਾਇਆ ਹੋਇਆ, ਆਪ ਹੀ ਓਵਰਲੋਡ ਦੇ ਚਲਾਨ ਕਰੀ ਜਾਂਦੇ ਆ, ਜਿਹਨੇ ਵੱਧ ਭਰਿਆ ਉਹਨੂੰ ਵੱਧ ਜੁਰਮਾਨਾ ਲਾਈ ਜਾਂਦੇ ਆ। ਵੀ ਕੋਈ ਇਹਨਾਂ ਨੂੰ ਪੁੱਛੇ ਵੀ ਇਹਨਾਂ ਨੂੰ ਇਹ ਹੱਕ ਕਿਹਨੇ ਦਿੱਤਾ? ਇਹ ਹੱਕ ਹੈਗਾ ਪੰਜਾਬ ਟ੍ਰੈਫਿਕ ਪੁਲਿਸ ਦਾ, ਇਹ ਉਹ ਚਲਾਨ ਕਰਨ ਨਾ ਕਰਨ ਇਹਨਾਂ ਨੂੰ ਕੋਈ ਹੱਕ ਨਹੀਂ ਹੈ। ਸੋ ਇੱਥੇ ਜਿਹੜਾ
ਜਿਹੜਾ ਕੰਮ ਚੱਲ ਰਿਹਾ ਉਹ ਧੱਕੇਸ਼ਾਹੀ ਆ, ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਇਹ ਟੋਲ ਚਲਾ ਵੀ ਦੇਣਗੇ ਪਰ ਸਾਨੂੰ ਲੈ ਜਾਣ, ਰੈਸਟ ਕਰ ਲੈਣ, ਪਰ ਅਸੀਂ ਇੱਥੇ ਸਾਡੇ ਕੋਲ ਸੜਕਾਂ ਹੀ ਨੇ, ਸਾਨੂੰ ਪਤਾ ਸਾਨੂੰ ਇਨਸਾਫ ਨਹੀਂ ਮਿਲਣਾ। ਪੰਜਾਬ ਸਰਕਾਰ ਦਾ ਕੀ ਰੋਲ ਰਿਹਾ? ਪੰਜਾਬ ਸਰਕਾਰ ਨੇ ਜੀ ਦੇਖੋ ਜਿਹੜੇ ਏ ਜੀ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਆਪਣਾ ਪੱਖ ਵਧੀਆ ਰੱਖਿਆ ਔਰ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਦਾ ਮਸਲਾ ਹੈ ਜੀ, ਵੀ ਜੋ ਇਹ ਮੰਗਾਂ ਨੇ ਉਹ ਬਹਿ ਕੇ ਸੋਰਟ ਆਊਟ ਹੋ ਸਕਦੀਆਂ ਨੇ। ਹੁਣ ਮਹੀਨੇ ਦਾ ਇਹਨਾਂ ਨੇ ਟਾਈਮ ਦਿੱਤਾ ਵਾ, ਜੱਜ ਨੇ ਕਿਹਾ ਵੀ ਮਹੀਨੇ 'ਚ ਇਹ ਟੋਲ ਚਲਾ ਕੇ ਦਿਓ, ਇਹ ਜੇ ਚਲਾਉਣਗੇ ਟੋਲ ਅਸੀਂ ਫਿਰ ਬੰਦ ਕਰ ਦਾਂਗੇ, ਅਸੀਂ ਤਾਂ ਸੜਕਾਂ 'ਤੇ ਬੈਠਾਂਗੇ ਜੋ ਮਰਜ਼ੀ ਕਰ ਲੈਣ। ਅਤੇ ਇੰਨੀਆਂ ਤੁਸੀਂ ਕਮੀਆਂ ਗਿਣਾਈਆਂ ਵੀ ਇਸ ਟੋਲ ਪਲਾਜ਼ੇ 'ਤੇ ਇੰਨੀਆਂ ਕਮੀਆਂ ਨੇ, ਇਹ ਚੀਜ਼ ਨਹੀਂ ਸਹੀ ਹੈਗੀ, ਇਹ ਚੀਜ਼ ਸਹੀ ਨੇਗੀ, ਉਹ ਚੀਜ਼ ਦਾ ਕੋਈ ਜ਼ਿਕਰ ਨਹੀਂ ਕੀਤਾ ਉੱਥੇ? ਦੇਖੋ ਜੀ ਉਹ ਅਸਰ ਹੀ ਹੈ ਨਹੀਂ ਕੋਈ, ਇਹਨਾਂ ਨੇ ਤਾਂ ਇੱਕ ਕਿਸਮ ਨਾਲ ਧੱਕਾਸ਼ਾਹੀ ਸ਼ੁਰੂ ਕਰ ਲਈ ਆ ਵੀ ਇਹ ਟੋਲ ਚਲਾਵਾਂਗੇ, ਪੈਸੇ ਸਾਡੇ ਰੁਕ ਗਏ, ਪੈਸੇ ਸਾਡੀ ਜੇਬਾਂ 'ਚੋਂ ਪੈਣੋਂ ਹਟ ਗਏ, ਇਹ ਵੀ ਜਿਵੇਂ ਮਰਜ਼ੀ ਆ, ਚਾਹੇ ਮੈਂ ਕਹਾਂ ਹਾਈ ਕੋਰਟ ਆ ਚਾਹੇ ਜੱਜ ਨੇ, ਵੀ ਚਲੋ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਪਰ ਸਾਨੂੰ ਜੋ ਉਮੀਦ ਹੈਗੀ ਆ ਹਾਈ ਕੋਰਟ ਤੋਂ ਉਹ ਸਾਨੂੰ ਉਮੀਦ ਅੱਗੇ ਵੀ ਬਣੀ ਰਹੇਗੀ ਵੀ ਸਾਡੇ ਹੱਕ 'ਚ, ਲੋਕਾਂ ਦੇ ਹੱਕ ਦੇ ਵਿੱਚ ਉਹ ਜ਼ਰੂਰ ਕੋਈ ਨਾ ਕੋਈ ਫੈਸਲਾ ਦੇਣ। ਅੱਛਾ, ਕਦੋਂ ਤੱਕ ਹੁਣ ਕਿਸਾਨ ਇੱਥੇ ਬੈਠੇ ਰਹਿਣਗੇ ਜਾਂ ਫਿਰ ਟੋਲ ਜੇ ਚੱਲਦਾ ਤਾਂ ਕਦੋਂ ਤੱਕ ਚੱਲ ਸਕਦਾ? ਟੋਲ ਤਾਂ ਅਸੀਂ ਚੱਲਣ ਨਹੀਂ ਦੇਵਾਂਗੇ, ਅਸੀਂ ਇੱਥੇ ਬੈਠੇ ਹਾਂ ਜੀ, ਅਸੀਂ ਸੜਕਾਂ 'ਤੇ ਨਿਰੰਤਰ ਅਸੀਂ ਧਰਨਾ, ਦੇਖੋ ਅੱਜ ਅਸੀਂ ਇੱਕ ਮੀਟਿੰਗ ਤੌਰ 'ਤੇ ਬੁਲਾਇਆ ਸੀ, ਅੱਜ ਇਹ ਤੁਸੀਂ ਦੇਖ ਸਕਦੇ ਹੋ ਵੀ ਪਬਲਿਕ ਸਾਡੀ ਮੀਟਿੰਗ ਦੇ ਵਿੱਚ ਇੰਨੀ ਆ ਗਈ ਆ, ਉਹ ਸਾਨੂੰ ਇਹ ਕਹਿੰਦੇ ਸੀ ਵੀ ਤੁਸੀਂ ਸਾਨੂੰ ਆਵਾਜ਼ ਦਿਓ ਫਿਰ ਅਸੀਂ ਹੁਣ ਡਿਸਾਈਡ ਕਰਾਂਗੇ, ਜੇ ਸਾਨੂੰ ਪੱਕਾ ਧਰਨਾ ਵੀ ਲਾਉਣਾ ਪਿਆ ਇੱਥੇ ਅਸੀਂ ਪੱਕਾ ਵੀ ਲਾਵਾਂਗੇ। ਐਨ ਐਚ ਏ ਨੂੰ ਕੋਈ ਸੁਨੇਹਾ? ਐਨ ਐਚ ਏ ਨੂੰ ਇਹ ਸੁਨੇਹਾ ਦੇ ਰਹੇ ਹਾਂ ਵੀ ਜਿਹੜਾ ਲੈਟਰ ਖੇਡਦੇ ਹੋ ਤੁਸੀਂ ਉਹ ਬੰਦ ਕਰ ਦਿਓ, ਵੀ ਲੋਕਾਂ ਦੀ ਜਿਹੜੀ ਡਿਮਾਂਡ ਆ ਲੋਕਾਂ ਨੂੰ ਦੇਖੋ, ਤੁਸੀਂ ਟੈਕਸ ਲੈ ਰਹੇ ਹੋ ਤਾਂ ਲੋਕਾਂ ਨੂੰ ਉੱਦਾਂ ਦੀ ਸੁਵਿਧਾ ਵੀ ਦਿਓ, ਇਹ ਨਹੀਂ ਹੈਗਾ ਵੀ ਉਹ ਪੈਸੇ ਤੁਸੀਂ ਲੋਕਾਂ ਦੀ ਜੇਬਾਂ 'ਚੋਂ ਕੱਢ ਕੇ ਆਪਦੀ ਜੇਬਾਂ 'ਚ ਪਾਈ ਚੱਲੋ। ਦੇਖੋ ਜੀ 16 ਤਰੀਕ ਤੋਂ ਇੱਥੇ ਬੈਠੇ ਹਾਂ, ਮੀਡੀਆ, ਟਰੱਕ ਯੂਨੀਅਨ, ਟੈਕਸੀ ਯੂਨੀਅਨ, ਜਿੰਨੀ ਪਬਲਿਕ ਆ ਸਾਡੇ ਨਾਲ ਆ, ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ। ਅਤੇ ਜਦੋਂ ਇਹ ਮੈਟਰ ਕੋਰਟ ਦੇ ਵਿੱਚ ਚਲਾ ਗਿਆ, NHI ਨੇ 1 ਜੁਲਾਈ ਨੂੰ ਜਿਹੜੀ ਰਿੱਟ ਦਾਇਰ ਕੀਤੀ ਆ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਟੋਲ ਆ ਤੋਂ ਸਾਨੂੰ ਲੌਸ ਹੋ ਰਿਹਾ, ਪੰਜਾਬ ਸਰਕਾਰ ਨੂੰ ਕਿਹਾ ਅਤੇ ਚਾਲੂ ਕਰਾ ਕੇ ਅਤੇ ਸਾਡਾ ਜਿਹੜਾ ਲੌਸ ਉਹ ਪੂਰਾ ਕੀਤਾ ਜਾਵੇ। ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ, ਸਰਕਾਰ ਵੱਲੋਂ ਵੀ ਇਹ ਸੀਗਾ ਵੀ ਤੁਸੀਂ ਪਾਰਟੀ ਬਣੋ, ਵਿੱਚ ਆਪਣੀ ਜਾ ਕੇ ਗੱਲ ਦੱਸੋ ਉਹਨਾਂ ਨੂੰ ਵੀ ਆਹ ਚੀਜ਼ ਆ, ਅਤੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਸੀ, ਅਸੀਂ ਇਕੱਲੀ ਇਕੱਲੀ ਗੱਲ ਲਿਖ ਕੇ ਦਿੱਤੀ ਸੀ ਵਿੱਚ ਕੀ ਕਮੀਆਂ ਨੇ। ਜਿੱਦਣ ਅਸੀਂ ਬੈਠੇ ਸੀ ਉਦਣ ਸਾਡੀਆਂ 3 ਮੰਗਾਂ ਸੀ, ਭਈ 1 ਤਾਂ ਰੇਟ ਘੱਟ ਕਰ ਲਓ, ਦੂਜਾ ਪਾਸ ਰੈਗੂਲਰ ਕਰ ਦਿਓ, ਤੀਜਾ ਇਹ ਆ ਵੀ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦਿਓ। ਪਰ ਜਦੋਂ NHI ਵਾਲੇ ਨਹੀਂ ਆਏ ਤਾਂ ਇੱਥੇ ਸ਼ੰਕਾ ਜ਼ਾਹਰ ਹੋਈ ਵੀ ਇਹ ਕਿਤੇ ਨਾ ਕਿਤੇ 2 ਨੰਬਰ 'ਚ ਚੱਲ ਰਿਹਾ, ਔਰ ਇਹਦੀ ਵਾਕਈ ਮਨਿਆਦ ਜਿਹੜੀ ਆ ਉਹ ਨਿਕਲ ਚੁੱਕੀ ਸੀ। 21 ਜੁਲਾਈ ਨੂੰ ਇਹ ਸੋਮਾ ਕੰਪਨੀ ਤੋਂ ਟੇਕ ਓਵਰ ਕਰ ਲਿਆ ਸੀ, ਯਾਨੀ ਕਿ ਸੋਮਾ ਕੰਪਨੀ ਨੂੰ ਹਾਈ ਕੋਰਟ ਨੇ 2013 ਦਾ ਟਰਮੀਨੇਟ ਕੀਤਾ ਆ, ਔਰ ਉਹਦੇ ਔਰਡਰ ਦੇ ਖਿਲਾਫ਼ ਤਾਂ ਸੋਮਾ ਕੰਪਨੀ ਨੇ ਕੁਛ ਨਹੀਂ ਕੀਤਾ, ਇੱਕ ਨਵਾਂ ਔਰਡਰ ਸੁਪਰੀਮ ਕੋਰਟ ਤੋਂ ਪਾਸ ਕਰਾ ਕੇ ਉਹ ਕੰਮ ਕਰਦੀ ਰਹੀ, ਪੈਸੇ ਵੀ ਇਕੱਠੇ ਕਰਦੀ ਰਹੀ। ਇੱਥੇ ਕਿਤੇ ਨਾ ਕਿਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਇਹਦੇ 'ਚ ਆਪਣੇ NHI ਦੇ ਅਧਿਕਾਰੀਆਂ ਦਾ ਅਤੇ ਲੀਡਰਾਂ ਦੀ ਮਿਲੀ ਭੁਗਤ ਵਾ। ਇਹ ਚੀਜ਼ ਦੀ ਜਦੋਂ ਅਸੀਂ ਪੂਰੀ ਛਾਣਬੀਣ ਕੀਤੀ ਤਾਂ ਸਾਨੂੰ ਪਤਾ ਚੱਲਿਆ ਵੀ ਇਹ 'ਚ ਕਰੋੜਾਂ ਰੁਪਏ ਦਾ ਗਬਨ ਹੋਇਆ ਵਾ, ਜਿਹਦੀ ਜਾਂਚ ਇੱਕ CBI ਤੋਂ ਹੋਣੀ ਚਾਹੀਦੀ ਆ, ਜਿਹੜੀ ਅਸੀਂ ਸੁਪਰੀ ਹਾਈ ਕੋਰਟ ਤੋਂ ਵੀ ਮੰਗ ਕਰ ਰਹੇ ਸੀ। ਔਰ ਪਰ ਹਾਈ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾਇਰ ਕੀਤੀ ਉਹ 'ਤੇ ਸਾਡੀ ਸੁਣਵਾਈ ਨਹੀਂ ਹੋ ਸਕੀ, ਔਰ ਉਹਨਾਂ ਨੇ ਕਿਹਾ ਵੀ ਤੁਸੀਂ ਅਲੱਗ ਆਪਣੀ ਐਪਲੀਕੇਸ਼ਨ ਲਾਓ, ਆਪਣੀ ਰਿੱਟ ਅਲੱਗ ਲਾਓ ਤਾਂ ਤੁਹਾਡੀ ਸਾਰੀ ਸੁਣਵਾਈ ਹੋਊਗੀ। ਅਤੇ ਹੁਣ ਰਿੱਟ 'ਤੇ ਅਸੀਂ ਅਲੱਗ ਦਾਇਰ ਕਰ ਰਹੇ ਹਾਂ, ਪਰ ਉੱਥੇ ਨਾਲ ਦੇ ਨਾਲ ਜਿਹੜੀ ਪੰਜਾਬ ਸਰਕਾਰ ਵੱਲੋਂ ਬਹਿਸ ਕੀਤੀ ਗਈ ਆ ਉਹਦੇ 'ਤੇ ਵੀ ਜੱਜ ਨੇ ਕੋਈ ਬਹੁਤੀ ਗੱਲ ਨਹੀਂ ਸੁਣੀ,
ਉਹਨੇ ਚੱਕ ਕੇ ਐਨ ਐੱਚ ਆਈ ਦੇ ਹੱਕ 'ਚ ਫੈਸਲਾ ਦਿੱਤਾ ਵੀ ਟੋਲ ਆ ਜਿਹੜਾ ਇਹਨੂੰ ਚਾਲੂ ਕਰਾ ਕੇ ਇਹਦੀ ਭਰਪਾਈ ਕਰੋ। ਔਰ ਪੰਜਾਬ ਸਰਕਾਰ ਨੇ 30 ਦਿਨ ਦਾ ਟਾਈਮ ਮੰਗਿਆ ਅਤੇ ਰਾਤ ਪਤਾ ਲੱਗਾ ਸੀ ਵੀ ਅੱਜ ਇਹਦੀਆਂ ਸਫਾਈਆਂ ਚੱਲਦੀਆਂ। ਜਦੋਂ ਆਰਡਰ ਇਹਨਾਂ ਦੇ ਹੱਥ ਆ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ, ਇਹਨਾਂ ਨੇ ਟੋਲ ਚਲਾਉਣ ਦੀ ਗੱਲ ਕਰਨੀ ਆ। ਇਸ ਕਰਕੇ ਅੱਜ ਅਸੀਂ ਟੋਲ ਦੇ ਉੱਪਰ ਆ ਗਏ ਹਾਂ। ਹੁਣ ਅਸੀਂ ਆਪਣੀ ਵਿਚਾਰ ਬਣਾਵਾਂਗੇ, ਵਿਚਾਰ ਬਣਾ ਕੇ ਦੇਖਾਂਗੇ ਵੀ ਅਸੀਂ ਇੱਥੇ ਪੱਕੇ ਬੈਠਣਾ ਕਿ ਕਿਵੇਂ ਕਰਨੀ, ਉਹ ਅਸੀਂ ਆਪਣਾ ਵਿਚਾਰ ਕਰ। ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ ਤੁਹਾਡਾ? ਪੰਜਾਬ ਪ੍ਰਸ਼ਾਸਨ ਦੀ ਭੂਮਿਕਾ ਤਾਂ ਠੀਕ ਆ, ਪੰਜਾਬ ਪ੍ਰਸ਼ਾਸਨ ਨੂੰ ਪਤਾ ਹੈਗਾ ਵੀ ਜਿਹੜਾ ਇਹ ਟੋਲ ਆ ਨਜਾਇਜ਼ ਬੋਝ ਆ ਸਾਡੇ 'ਤੇ, ਇੱਥੇ ਜਿਹੜਾ ਜਾਂਦਾ ਉਹਦੀ ਜੇਬ ਵੱਢੀ ਜਾਂਦੀ ਆ। ਭਾਰਤ ਦਾ ਸਭ ਤੋਂ ਮਹਿੰਗਾ ਟੋਲ ਆ ਇਹ, ਇਸ ਕਰਕੇ ਇਹ ਟੋਲ ਆ ਜਿਹੜੀ ਐੱਨ ਐੱਚ ਏ ਦੀ ਰੂਲਿੰਗ ਆ, ਰੂਲਿੰਗ ਦੇ ਮੁਤਾਬਕ ਤਾਂ ਹੈਗਾ 60 ਕਿਲੋਮੀਟਰ, ਪਰ ਇਹ 60 ਕਿਲੋਮੀਟਰ 'ਤੇ ਹੀ ਲੱਗੇ। ਜਿਹੜਾ ਕਰਨਾਲ ਤੋਂ ਸ਼ੰਭੂ ਲੱਗਿਆ 110 ਕਿਲੋਮੀਟਰ, ਜਿਹੜਾ ਇਹ ਲੱਗਿਆ 120 ਕਿਲੋਮੀਟਰ ਆ, ਪਰ ਉਹ 185 ਰੁਪਏ ਦਾ, ਇਹ 220 ਰੁਪਏ ਦਾ। ਇਹ ਵੀ ਸਮਝ ਨਹੀਂ ਆਈ ਵੀ ਇੰਨਾ ਮਹਿੰਗਾ ਉਹ ਤੋਂ ਜ਼ਿਆਦਾ ਮਹਿੰਗਾ ਕਿਉਂ ਹੈ, ਇਹ ਵੀ ਫਰਕ ਵਾ। ਅਗਰ ਇਹ ਵੰਡ ਕੇ ਤਿੰਨਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਬੋਝ ਪਾਉਂਦੇ ਤਾਂ ਵੀ ਇਹਦਾ ਰੇਟ ਘੱਟ ਹੋਣਾ ਸੀ, ਪਰ ਇਕੱਲਾ ਬੋਝ ਜਿੰਨਾ ਸਾਰਾ ਇੱਥੇ ਪਾਇਆ ਗਿਆ। ਔਰ ਜਿਹੜਾ ਲੁਧਿਆਣੇ ਉਹ ਨਿਕਲਦਾ 10 ਕਿਲੋਮੀਟਰ ਚੱਲਦਾ, ਅਤੇ ਜਿਹੜਾ ਸ਼ੰਭੂ ਤੋਂ ਨਿਕਲਦਾ ਉਹ ਫਰੀ ਆਉਂਦਾ, ਅਤੇ 10 ਕਿਲੋਮੀਟਰ ਵਾਲਾ ਇੱਥੇ ਪੂਰਾ ਦੇ ਕੇ ਜਾਂਦਾ। ਟੋਲ ਨੂੰ ਲੈ ਕੇ ਕਿੰਨੀ ਸਹਿਮਤੀ ਬਣੀ ਕਿ ਕਿੰਨਾ ਕੁ ਰੇਟ 'ਤੇ ਤੈਅ ਕੀਤਾ ਜਾਵੇ, ਕਿਹੜੀਆਂ ਕਿਹੜੀਆਂ ਕਮੀਆਂ ਦੂਰ ਕੀਤੀਆਂ ਜਾਣ? ਦਰਅਸਲ 'ਚ ਸੱਚੀ ਗੱਲ ਤਾਂ ਇਹ ਵੀ ਅਜੇ ਰੇਟ ਘੱਟ ਕਰਨ ਵਾਲੇ ਬੰਨੇ ਪ੍ਰਸ਼ਾਸਨ ਤੁਰਿਆ ਹੀ ਨਹੀਂ, ਕਿਉਂਕਿ ਐੱਨ ਐੱਚ ਏ ਦੀ ਕੋਈ ਵੀ ਇੱਥੇ ਸਹਿਮਤੀ ਨਹੀਂ ਹੈਗੀ, ਐੱਨ ਐੱਚ ਏ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹ ਤਾਂ ਧੱਕਾ ਜੀ, ਉਹ ਤਾਂ ਸ਼ੁਕਰ ਆ ਮੋਦੀ ਦੀ ਸਰਕਾਰ ਆ ਜਿਹੜੀ ਉਹ ਪੂਰੀ ਬਹੁਮਤ 'ਚ ਨਹੀਂ ਆਈ, ਨਹੀਂ ਤਾਂ ਹੁਣ ਤਾਂ ਕਾਦਾ ਕੁੱਟ ਕੇ ਠਾ ਦਿੰਦੇ। ਇਹ ਇੰਨੀ ਗੁੰਡਾਗਰਦੀ ਆ ਮੋਦੀ ਦੀ ਸਰਕਾਰ 'ਚ ਹੋਈ ਆ ਅਤੇ ਗਾਂਹ ਹੋ ਰਹੀ ਆ, ਅਤੇ ਹੁਣ ਹੀ ਨਹੀਂ ਆ। ਵਿਰੋਧੀ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲੇ ਨੇ ਕੱਲ੍ਹ ਦਿੱਲੀ 'ਚ ਜਾ ਕੇ, ਤਾਂ ਉਹਦੇ ਵਿੱਚ ਵੀ ਤੁਸੀਂ ਕੋਈ ਇਹਨਾਂ ਦੇ ਨਾਲ ਆਪਣਾ ਵਿਚਾਰ? ਜਿਹੜੇ ਸਾਡੇ ਦੋ ਮੋਰਚੇ ਲੱਗੇ ਆ ਸ਼ੰਭੂ ਬਾਰਡਰ ਖਨੌਰੀ ਬਾਰਡਰ 'ਤੇ, ਦੋ ਫੋਰਮਾਂ ਨੂੰ ਮੋਰਚਾ ਵਾ। ਅਸੀਂ KMM ਦੇ ਮੈਂਬਰ ਹਾਂ, ਸਾਡੀਆਂ ਵੀ ਟਰਾਲੀਆਂ ਉੱਥੇ ਖੜੀਆਂ ਨੇ, ਦੋਨੇ ਜਥੇਬੰਦੀਆਂ KMM ਦੀਆਂ ਮੈਂਬਰ ਨੇ, ਸਾਡੇ ਹੀ ਬੰਦੇ ਉੱਥੇ ਗਏ ਨੇ, ਸਾਡੇ ਰਾਸ਼ਟਰੀ ਪ੍ਰਧਾਨ ਵੀ ਉੱਥੇ ਸੀਗੇ। ਬਕਾਇਦਾ ਵਿਰੋਧੀ ਧਿਰ ਨੂੰ ਮਿਲੇ ਹਾਂ ਜੀ, ਉੱਥੇ ਉਹਨਾਂ ਨੂੰ ਕਿਹਾ ਵੀ ਇੱਕ ਪ੍ਰਾਈਵੇਟ ਬਿੱਲ ਪੇਸ਼ ਕਰੋ ਸਾਡੀਆਂ ਮੰਗਾਂ ਦੇ ਉੱਪਰ, ਜਿੰਨੀਆਂ ਸਾਡੀਆਂ ਮੰਗਾਂ ਉਹਨਾਂ 'ਤੇ ਇੱਕ ਪ੍ਰਾਈਵੇਟ ਸਰਕਾਰ ਬਿੱਲ ਲੈ ਕੇ ਨਹੀਂ ਆਉਂਦੀ, ਅਤੇ ਪ੍ਰਾਈਵੇਟ ਇੱਕ ਪ੍ਰੋਵੀਜ਼ਨ ਹੈ ਪ੍ਰਾਈਵੇਟ ਬਿੱਲ ਪਾਸ ਕਰਨ ਦਾ ਵੀ ਤੁਸੀਂ ਪ੍ਰਾਈਵੇਟ ਬਿੱਲ ਲੈ ਕੇ ਆਓ ਜਿਹਦੇ 'ਤੇ ਸਰਕਾਰ ਬਹਿਸ ਕਰੇ, ਅਤੇ ਉਹ ਉਹਨਾਂ ਨੇ ਹੁਣ ਕਿਹਾ ਹੈਗਾ ਵੀ ਅਸੀਂ ਪ੍ਰਾਈਵੇਟ ਬਿੱਲ ਆ ਜਿਹੜਾ ਲੈ ਕੇ ਆਵਾਂਗੇ। ਕੱਲ੍ਹ ਆਪੋਜੀਸ਼ਨ ਨਾਲ ਮੀਟਿੰਗ ਹੋਈ ਆ, ਆਪੋਜੀਸ਼ਨ ਨੇ ਗੱਲ ਵੀ ਸੁਣੀ, ਵਿਧਾਨ ਸਭਾ 'ਚ ਬਹਿ ਕੇ ਮੀਟਿੰਗ ਹੋਈ ਆ ਸਾਡੇ ਲੀਡਰਾਂ ਦੀ, ਔਰ ਉਹਦੇ 'ਚ ਰੱਖੀਆਂ ਨੇ ਮੰਗਾਂ। ਹੁਣ ਮੀਟਿੰਗ ਦੇਖੋ ਮੀਟਿੰਗ ਆ ਹੁਣ ਆਉਣਾ, ਸਾਰਿਆਂ ਨੇ ਬੈਠਣਾ, ਮੀਟਿੰਗ ਤੋਂ ਬਾਅਦ ਤੁਹਾਨੂੰ ਜਾਣਕਾਰੀ ਜ਼ਰੂਰ ਦਿਆਂਗੇ। ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੁਸੀਂ ਮਾੜੇ ਜਿਹੇ ਬੋਲ ਦੇ ਉੱਪਰ ਜਦੇ ਇੱਥੇ ਆ ਜਾਂਦੇ, ਕਿਉਂਕਿ ਇਹ ਪਬਲਿਕ ਹਿੱਤ ਦਾ ਕੰਮ ਆ, ਤੁਸੀਂ ਪਬਲਿਕ ਹਿੱਤ ਲਈ ਆਉਂਦੇ ਜੋ, ਤਾਂ ਸਾਰਿਆਂ ਦਾ ਧੰਨਵਾਦ।